ਜ਼ਿੰਮੇਦਾਰ ਭਰਾਓ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਤੇ ਮੈਂ ਜਨਾਬ ਰਿਕਲਟ ਐਪ ਇਸਤੇਮਾਲ ਕਰ ਰਿਹਾ ਲਗਾਤਾਰ। ਜਿਵੇਂ ਹੀ ਮੈਨੂੰ ਕੋਈ ਮਸਲਾ ਆਉਂਦਾ, ਮੈਂ ਉਸ ਐਪ ਵਿੱਚ ਜਾ ਕੇ ਤੇ ਜ਼ਰਾਈ ਮਸ਼ਰਾ ਆਪਸ਼ਨਸ ਵਿੱਚ ਸਵਾਲ ਪੁੱਛ ਲੈਣਾ ਆਪਣਾ, ਔਰ ਮੇਰੇ ਵਾਸਤੇ ਬੜੀ ਫਾਇਦੇਮੰਦ ਚੀਜ਼ ਹੈ। ਪਿਛਲੇ ਸਾਲ ਜਦੋਂ ਮੈਂ ਮੂੰਜੀ ਲਾਈ ਸੀ ਤੇ ਮੇਰੀ ਮੂੰਜੀ ਦੀ ਫਸਲ 'ਚ ਬਿਮਾਰੀਆਂ ਬਹੁਤ ਜ਼ਿਆਦਾ ਆ ਗਈਆਂ ਸੀ, ਤੇ ਮੈਂ ਸੋਚਿਆ ਕਿ ਅੱਜ ਇਹ ਸਵਾਲ ਪੁੱਛਦੇ ਹਾਂ ਜ਼ਰਾਈ ਮਸ਼ਰਾ ਆਪਸ਼ਨ ਦੇ ਵਿੱਚ ਕਿ ਮੂੰਜੀ ਦੀ ਫਸਲ ਨੂੰ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ। ਤੇ ਦੇਖੋ ਮੈਂ ਟਾਈਪ ਕੀਤਾ ਇਹ ਸਵਾਲ, ਔਰ ਇਹਦਾ ਜਵਾਬ ਆਇਆ ਕਿ ਜਨਾਬ ਮੂੰਜੀ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਹਦੇ ਬੀਜ ਨੂੰ ਅਸੀਂ ਜ਼ਹਿਰ ਲਾਈਏ, ਔਰ ਉਹ ਜ਼ਹਿਰ ਕਿਹੜੀ ਹੈ? ਉਸ ਜ਼ਹਿਰ ਦਾ ਨਾਂ ਹੈ ਫੀਨਾਕੋਨਾਜ਼ੋਲ। ਜ਼ਰਾਈ ਮਾਹਿਰ ਨੇ ਇਹ ਜ਼ਹਿਰ ਲਿਖੀ ਹੈ ਜਨਾਬ, ਇਹਦਾ ਨਾਂ ਹੈ ਫੀਨਾਕੋਨਾਜ਼ੋਲ। ਇਸ ਜ਼ਹਿਰ ਨੂੰ ਤੁਸੀਂ 2 ਤੋਂ 2.5 ਗ੍ਰਾਮ ਜ਼ਹਿਰ ਲੈਣੀ ਹੈ, ਔਰ 1 ਲੀਟਰ ਪਾਣੀ ਦੇ ਵਿੱਚ ਇਸ ਜ਼ਹਿਰ ਨੂੰ ਸ਼ਾਮਿਲ ਕਰਨਾ। ਸ਼ਾਮਿਲ ਕਰਕੇ ਜਿਹੜਾ ਬੀਜ ਹੈ ਉਹ ਇਸ ਪਾਣੀ ਜ਼ਹਿਰ ਵਾਲੇ ਪਾਣੀ ਦੇ ਵਿੱਚ 24 ਘੰਟੇ ਵਾਸਤੇ ਤੁਸੀਂ ਭਿਉਂ ਦੇਣਾ। 24 ਘੰਟੇ ਤੋਂ ਬਾਅਦ ਇਹ ਬੀਜ ਕੱਢ ਕੇ ਇਹਨੂੰ ਸੁਕਾ ਕੇ ਅਤੇ ਛੱਟੇ ਵਾਸਤੇ ਤਿਆਰ ਕਰ ਲੈਣਾ। ਜ਼ਿੰਮੇਦਾਰ ਭਰਾਓ, ਇਸ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਬਸਕ੍ਰਾਈਬ ਦੇ ਬਟਨ 'ਤੇ ਕਲਿੱਕ ਕਰੋ, ਅਤੇ ਨਾਲ ਜਨਾਬ ਬੈੱਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਿਹੜੀਆਂ ਤਾਜ਼ਾ ਅਤੇ ਫਰੈਸ਼ ਵੀਡੀਓਜ਼ ਆਉਂਦੀਆਂ ਨੇ ਸਾਡੇ ਚੈਨਲ 'ਤੇ ਉਹਨਾਂ ਦੇ ਨੋਟੀਫਿਕੇਸ਼ਨ ਮਿਲ ਸਕਣ ਅਤੇ ਤੁਸੀਂ ਦੇਖ ਸਕੋ।